ਵੱਖ ਵੱਖ ਕਿਸਾਨ ਯੂਨੀਅਨਾਂ ਅਤੇ ਹਮਖਿਆਲੀ ਜਥੇਬੰਦੀਆਂ ਨੇ ਜਿੱਥੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ, ਉਸੇ ਲੜੀ ਤਹਿਤ ਅੱਜ ਭਵਾਨੀਗੜ੍ਹ ਵਿਖੇ ਨੈਸ਼ਨਲ ਹਾਈਵੇ 7 'ਤੇ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜਾਮ ਲਾ ਦਿੱਤਾ ਗਿਆ। ਇਹ ਜਾਮ 2 ਘੰਟਿਆਂ ਲਈ ਲਾਇਆ ਗਿਆ ਹੈ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਸੱਦਾ ਮਿਲਿਆ ਸੀ, 250 ਜਥੇਬੰਦੀਆਂ ਜਿਹੜੀਆਂ ਇਹ 'ਚ ਹਿੱਸਾ ਲੈ ਰਹੀਆਂ ਨੇ, ਇਹਦੇ ਕਰਕੇ ਮਤਲਬ ਪੰਜਾਬ ਦਾ ਜਿਹੜਾ ਭਵਾਨੀਗੜ੍ਹ ਦਾ ਲਿਖਿਆ ਸੀ, ਅੱਜ ਅਸੀਂ ਇਹ 2 ਘੰਟੇ ਵੱਧ ਰੱਖਣਾ ਹੈ, 1 ਤੋਂ 3 ਵਜੇ ਤੱਕ। ਇਸ ਕਰਕੇ ਸਾਨੂੰ ਲਾਗਤ ਖਰਚੇ ਨਹੀਂ ਮਿਲੇ, ਸਾਡਾ ਜਿਹੜਾ ਹੱਦ ਕਰਜ਼ਾ ਸੀ ਮਾਫ਼ੀ ਕਰਜ਼ਾ ਸੀ ਉਹ ਨਹੀਂ ਮਿਲਿਆ, ਸਾਡੇ ਜਿਹੜੇ ਪਰਚੇ ਹੋਏ ਨੇ ਪਰਾਲੀ ਦੇ ਇਸ ਨੂੰ ਲੈ ਕੇ ਅਸੀਂ ਇਹ ਰੋਸ ਪ੍ਰਗਟ ਕਰ ਰਹੇ। ਇਹ ਧਰਨਾ ਤਾਂ ਹੈਗਾ, ਜਿਹੜਾ ਕਿਸਾਨੀ ਦੀ ਹਾਲਤ ਹੈ ਦਿਨ ਪਰ ਦਿਨ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਹਿਲਾਂ ਪੰਜਾਬ ਸਰਕਾਰ ਨੇ ਵੀ ਇਹ ਗੱਲ ਕਹੀ ਵੀ ਤੁਹਾਨੂੰ ਸਵਾਮੀਨਾਥਨ ਦੇ ਮੁਤਾਬਕ ਭਾਅ ਦਵਾਵਾਂਗੇ, ਅਤੇ ਕੇਂਦਰ ਦੀ ਮੋਦੀ ਸਰਕਾਰ ਇਹ ਵਾਇਦਾ ਕਰਕੇ ਰਾਜਭਾਗ 'ਤੇ ਕਾਬਜ ਹੋਈ ਹੈ ਵੀ ਸਵਾਮੀਨਾਥਨ ਦੀ ਰਿਪੋਰਟ ਅਸੀਂ ਲਾਗੂ ਕਰਾਂਗੇ, ਪਰ ਸਵਾਮੀਨਾਥਨ ਦੇ ਮੁਤਾਬਕ ਕਿਸਾਨਾਂ ਨੂੰ ਕੋਈ ਭਾਅ ਨਹੀਂ ਦਿੱਤਾ ਜਾਂਦਾ। ਇਸ ਲਈ ਘੱਟ ਭਾਵਾਂ ਕਰਕੇ ਜਿਹੜੀਆਂ ਲਾਗਤ ਖਰਚੇ ਨੇ ਉਹ ਮਹਿੰਗੇ ਹੁੰਦੇ ਜਾਂਦੇ ਨੇ, ਕਿਸਾਨ ਦੀ ਹਾਲਤ ਰੋਜ਼ ਕਰਜ਼ੇ ਹੀ ਹੁੰਦੀ ਜਾਂਦੀ ਹੈ, ਕਰਜ਼ੇ ਹੇਠ ਦਬਿਆ ਪਿਆ ਕਿਸਾਨ। ਇਸ ਲਈ ਇਸ ਸਰਕਾਰ ਇੰਨੀ ਕਾਣੀ ਬੋਲੀ ਇੰਨੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਦਾ ਜਿਹੜਾ ਸੰਕੇਤ ਸਾਡਾ 2 ਘੰਟੇ ਦਾ ਪ੍ਰੋਗਰਾਮ ਹੈ ਸਾਰਿਆਂ ਜੀ, ਜਿਵੇਂ ਹੁਣ ਸਾਡੇ ਕਿਸਾਨਾਂ 'ਤੇ ਨਜਾਇਜ਼ ਪਰਚੇ ਹੋਏ ਨੇ, ਪਰਾਲੀ ਫੂਕਣ 'ਤੇ ਨਜਾਇਜ਼ ਪਰਚੇ ਹੋਣ ਕਰਕੇ ਕਈ ਮਤਲਬ ਜ਼ਿਮੀਂਦਾਰਾਂ ਦੀਆਂ ਕਮਾਈਨਾਂ ਫੜ ਕੇ ਅੰਦਰ ਕੀਤੀਆਂ ਗਈਆਂ ਨੇਗੀਆਂ। ਛੋਟੇ ਛੋਟੇ 13-13 ਸਾਲ ਦੇ ਬੱਚੇ ਵੀ ਨਹੀਂ ਇਹਨਾਂ ਨੇ ਬਖਸ਼ੇ, ਉਹ ਵੀ ਚੱਕ ਕੇ ਇਹਨਾਂ ਨੇ ਥਾਣਿਆਂ 'ਚ ਡੱਕੇ ਨੇ। ਸਿਰਫ ਸਾਡਾ ਅਸਲ 'ਚ ਅਸੀਂ ਪਿੰਡ ਸਾਡੇ ਭਾਰਤ ਵਿੱਚ ਪੇਂਡੂ ਭਾਰਤ ਬੰਦ, ਪੰਜਾਬ ਦੇ ਵਿੱਚ ਜੋ ਹੁਣ ਤੱਕ ਵੋਟਾਂ ਮਿਲੀਆਂ ਨੇ ਘਪਾਲੇ ਜ਼ਿਲ੍ਹੇ ਨੂੰ ਛੱਡ ਕੇ, ਜਿਹੜੀ ਰੋਪੜ ਤੋਂ ਲੈ ਕੇ ਫਾਜ਼ਿਲਕਾ ਤੱਕ, ਗੁਰਦਾਸਪੁਰ ਤੋਂ ਲੈ ਕੇ ਬੁਲਾਡੇ ਤੱਕ, ਜਿਹੜੇ ਨੈਸ਼ਨਲ ਹਾਈਵੇ ਨੇ ਸਾਰੀਆਂ ਬੰਦ ਨੇ। ਪਰ ਇਹ ਜਿਹੜੀ ਕਰਫਿਊ ਕੋਈ ਹਾਲਤ ਸੀ ਸੜਕਾਂ 'ਤੇ ਕਰਨੀ ਸੀ, ਜਾਂ ਰੇਲ ਆਵਾਜਾਈ ਦੀਆਂ 2 ਮੁੱਖ ਸੜਕਾਂ ਜਿਹੜੀਆਂ ਰੇਲ ਆਵਾਜਾਈ ਸੀ ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰੋਜ਼ਪੁਰ ਤੋਂ ਦਿੱਲੀ, ਦੋਨੋਂ ਰੇਲ ਟਰੈਕ ਬੰਦ ਨੇ, ਮਾਨਸਾ ਦੇ ਕੋਲ ਮਤਲਬ ਫਿਰੋਜ਼ਪੁਰ ਦਿੱਲੀ ਵਾਲਾ ਅਤੇ ਜਿਹੜਾ ਜੰਡਿਆਲਾ ਗੁਰੂ ਅਤੇ ਬਿਆਸ ਦੇ ਵਿਚਕਾਰ ਅੰਮ੍ਰਿਤਸਰ ਤੋਂ ਦਿੱਲੀ ਵਾਲਾ, ਹੁਣ ਤੱਕ ਮੈਂ ਜਦੋਂ ਰਿਪੋਰਟਾਂ ਪਹੁੰਚੀਆਂ ਦੋਨੋਂ ਰੇਲ ਟਰੈਕ ਬੰਦ ਨੇ ਸਾਰੀਆਂ ਨੈਸ਼ਨਲ ਹਾਈਵੇ ਪਿੰਡਾਂ।